ਪੰਜਾਬੀਆਂ ਦੇ ਗੜ੍ਹ ਕਹਾਉਂਦੇ ਪਾਪਾ ਟੋਇਟੋਏ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮਾਨਸਿਕ ਸਿਹਤ ਦੀ ਜਾਗਰੂਕਤਾ ਨੂੰ ਲੈ ਕੇ ਇੱਕ ਬੜਾ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ, ਜਿਸ ਦੇ ਵਿੱਚ ਹਰਮੀਤ ਸਿੰਘ ਅਤੇ ਨਵਰੂਪ ਰੰਧਾਵਾ ਤੋਂ ਇਲਾਵਾ ਇੱਕ ਬਹੁਤ ਵੱਡੀ ਟੀਮ ਅਤੇ ਕਾਰੋਬਾਰੀ ਮਿੱਤਰਾਂ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਨੇਪਰੇ ਚੜਿਆ। ਬੀ ਕਾਇੰਡ ਟੂ ਯੂਅਰ ਮਾਇੰਡ ਦੇ ਸਲੋਗਨ ਦੇ ਨਾਲ ਜਿੱਥੇ ਪਾਪਾ ਟੋਇਟੋਏ ਦੇ ਵਿੱਚ ਇਸ ਪ੍ਰੋਗਰਾਮ ਦੇ ਦੌਰਾਨ ਸ਼ੁਰੂਆਤ ਮਨਜੀਤ ਸਿੰਘ ਅਤੇ ਦਿਲਜੀਤ ਕੌਰ ਹੋਣਾ ਨੇ ਆਪਣੀ ਗਾਇਕੀ ਦੇ ਨਾਲ ਕੀਤੀ, ਉਪਰੰਤ ਪਰਮਿੰਦਰ ਸਿੰਘ ਪਾਪਾ ਟੋਇਟੋਏ ਹੋਣਾ ਨੇ ਮਾਨਸਿਕ ਸਿਹਤ ਸੰਬੰਧੀ ਆਂਕੜਿਆਂ ਦੇ ਉੱਤੇ ਨਜ਼ਰਸਾਨੀ ਕੀਤੀ। ਕੈਨੇਡਾ ਆਉਂਦਾ ਅਮਰੀਕਾ, ਲੇਕਿਨ ਉੱਥੇ 18 ਸਾਲ ਤੋਂ ਲੈ ਕੇ 24 ਸਾਲ ਤੱਕ ਦੇ ਜਿਹੜੇ ਅਮਰੀਕਨ ਐਡਲਟਸ ਹੋਏ ਤਾਂ 18 ਸਾਲ ਤੋਂ ਬਾਅਦ ਜਿਹੜਾ ਬੰਦਾ 26% ਗਿਣਤੀ ਉਹਨਾਂ ਦੀ ਹੈ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ। ਔਰ ਇਸ ਤੋਂ ਵੱਡੀ ਸਿਸਟਮ ਜਿਹੜੀ ਇਹ ਹੈ ਕਿ ਉਹਨਾਂ ਦੇ ਲਈ ਜਿਵੇਂ ਹਰਦੀਪ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਸੀ, ਸਹੀ ਚੈਨਲਾਈਜ਼ ਨਹੀਂ ਕੀਤਾ ਜਾਂਦਾ ਕਿਸੇ ਬਿਮਾਰੀ ਨੂੰ। ਘਰ ਦੇ ਵਿੱਚ ਹੋ ਸਕਦਾ ਸਾਡੇ ਚਾਚਾ ਜੀ, ਫੁੱਫੜ ਜੀ ਜਾਂ ਤਾਇਆ ਜੀ ਬਹੁਤ ਸਿਆਣੇ ਹੋਣ, ਲੇਕਿਨ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਜਿਹੜੀ ਪ੍ਰੋਫੈਸ਼ਨਲ ਕੌਂਸਲਿੰਗ ਆ ਉਹਦੀ ਬਹੁਤ ਵੱਡੀ ਕਮੀ ਹੈ। ਦੱਖਣੀ ਏਸ਼ੀਆਈ ਭਾਈਚਾਰੇ ਵਿੱਚ, ਸਾਊਥ ਈਸਟ ਏਸ਼ੀਅਨ ਭਾਈਚਾਰੇ ਦੇ ਵਿੱਚ ਭਾਵੇਂ ਕਿ ਰੁਝਾਨ ਬਹੁਤ ਘੱਟ ਹੈ, ਜਿੰਨਾ ਸਾਡੇ ਮੂਲ ਨਿਵਾਸੀਆਂ ਦੇ ਵਿੱਚ ਹੈ, ਸਾਡੇ ਮੋਹਰੀ ਭਾਈਚਾਰੇ ਦੇ ਵਿੱਚ ਹਾਲੇ ਵੀ ਰੁਝਾਨ ਬਹੁਤ ਜ਼ਿਆਦਾ। ਉਹਦੇ ਲਈ ਕਾਰਨ ਚਾਹੇ ਫੈਮਿਲੀ ਵਾਇਲੈਂਸ ਦਾ ਰਹਿ ਜਾਈਏ ਜਾਂ ਸੋਸ਼ੀਓ ਇਕਨੋਮਿਕ ਰੀਜ਼ਨ ਜਿਹੜੀ ਆ ਬਿਹਾਈਂਡ ਦਾ ਸੀ, ਉਹ ਬਹੁਤੀ ਵਾਰ ਉਹਨਾਂ ਦੇ ਉੱਤੇ ਚਰਚਾ ਬਹੁਤ ਘੱਟ ਹੁੰਦੀ ਹੈ। ਸੋ ਜੇ ਅਸੀਂ ਗੱਲ ਕਰਦੇ ਹਾਂ ਤਾਂ 193 ਮਿਲੀਅਨ ਲੋਕਾਂ ਦੇ ਆਧਾਰ 'ਤੇ ਇਹ ਗਿਣਤੀ ਇੱਕ ਸਾਲ 'ਚ ਵੱਧ ਕੇ 293 ਮਿਲੀਅਨ ਹੋ ਗਈ ਸੀ। ਔਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਘਰਾਂ ਦੇ ਵਿੱਚ ਜਿੱਥੇ ਅਸੀਂ ਸਾਂਝੇ ਪਰਿਵਾਰਾਂ 'ਚ ਰਹਿੰਦੇ ਸੀ, ਜਿਵੇਂ ਆਪਣੇ ਸੱਭਿਆਚਾਰ ਦੀ ਗੱਲ ਕਰਾਂ, ਅਸੀਂ ਆਮ ਤੌਰ 'ਤੇ ਇਹ ਕਹਿੰਦੇ ਫੁੱਲੇ ਨਹੀਂ ਸਮਾਉਂਦੇ ਕਿ ਸਾਡਾ ਕਲਚਰ 5000 ਸਾਲ ਪੁਰਾਣਾ, ਪੁਰਾਣੀਆਂ ਸੱਭਿਅਤਾਵਾਂ ਦੀ ਖੋਜ ਜਿਹੜੀ ਆ ਉਹ ਵੀ ਹੁੰਦੀ ਆ, ਉਹਦੇ ਉੱਤੇ ਅਸੀਂ ਹੋਬੋ ਕਿ ਆਪਣੇ ਸੱਭਿਆਚਾਰ ਦੀਆਂ, ਆਪਣੀ ਸੂਰਮਲਗੀ ਦੀਆਂ, ਆਪਣੇ ਇਤਿਹਾਸ ਦੀਆਂ ਚਰਚਾਵਾਂ ਆਪਾਂ ਕਰਦੇ ਹਾਂ, ਲੇਕਿਨ ਇਹ ਮੁੱਦੇ ਜਿਹੜੇ ਆ ਇਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਅੱਖੋਂ ਖੋ ਕੇ ਕਰ ਦਿੰਦੇ ਹਾਂ। ਸੋ ਜਦੋਂ ਵੀ ਹੋ ਸਕੇ ਆਪਣੇ ਮਿੱਤਰਾਂ ਨਾਲ, ਆਪਣੇ ਰਾਜਦਾਰਾਂ ਨਾਲ, ਆਪਣੇ ਮਾਂ ਬਾਪ ਨਾਲ, ਆਪਣੇ ਸੱਸ ਸਹੁਰੇ ਨਾਲ ਰਹਿ ਕੇ ਉਹਨਾਂ ਦਾ ਹਾਲ ਚਾਲ ਜ਼ਰੂਰ ਪੁੱਛੋ। ਜਦੋਂ 5-10 ਮਿੰਟ ਲਈ ਤੁਸੀਂ ਉਹਨਾਂ ਨਾਲ ਵਿਹਲੇ ਜਾ ਕੇ ਜੱਕੜ ਮਾਰ ਦਿਓ, ਉਹ ਜ਼ਰੂਰੀ ਨਹੀਂ ਕਿ ਉਹ ਕੰਮ ਦੀ ਗੱਲ ਹੋਵੇ, ਲੇਕਿਨ ਉਹਨਾਂ ਨੂੰ ਉਹਦੇ ਵਿੱਚੋਂ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਲੱਗਦਾ ਕਿ ਉਹਨੂੰ ਤਵੱਜੋ ਦੇ ਗਿਆ ਕੋਈ, ਆਪਣੇ ਨਿੱਕੇ ਭੈਣ ਭਰਾਵਾਂ ਨੂੰ, ਵੱਡੇ ਭਰਾਵਾਂ ਨੂੰ, ਵੱਡੀਆਂ ਭੈਣਾਂ ਨੂੰ। ਵੀ ਠੀਕ ਆ ਕਿ ਬਹੁਤ ਲੋਕ ਕੱਟੜਤਾ ਦੇ ਨਾਲ ਜੋੜਦੇ ਪਿੱਛੇ ਤਿਉਹਾਰ ਲੰਘ ਗਿਆ ਰੱਖੀ ਦਾ, ਲੇਕਿਨ ਮੈਂ ਰੇਡੀਓ 'ਤੇ ਗੱਲ ਬਹੁਤ ਮਾਣ ਨਾਲ ਕਹੀ ਕਿ ਸਾਡੇ ਸੱਭਿਅਤਾ ਦਾ, ਸਾਡੇ ਸੱਭਿਆਚਾਰ ਦਾ ਇਹ ਇੱਕ ਅਨਿੱਖੜ ਮਾਣ ਹੈ। ਇਸੇ ਬਹਾਨੇ ਇੱਕ ਭੈਣ ਜਿਹੜੀ ਆ, ਡਜ਼ਨਟ ਮੈਟਰ ਇਕਨੋਮਿਕਲੀ ਉਹ ਜਿੰਨੀ ਮਰਜ਼ੀ ਪਹਿਲਾਂ ਨਾਲੋਂ ਇੰਪਾਵਰ ਹੋ ਚੁੱਕੀ ਆ, ਲੇਕਿਨ ਆਪਣੇ ਭਰਾ ਦੇ ਪਿਆਰ ਦੇ ਨਾਲ, ਆਪਣੇ ਉਸ ਸਮਰਾਜ ਦੇ ਨਾਲ ਦੁਬਾਰਾ ਜੋੜਨ ਦਾ ਮੌਕਾ ਮਿਲਦਾ ਹਨ, ਜਿਹੜਾ ਪਿੱਛੇ ਪਿੰਡਾਂ ਦੇ ਵਿੱਚ ਅਸੀਂ ਨਿਯੋਗ ਦੇ ਵਿੱਚ ਜੀਵਨ ਇਹਨਾਂ ਮੌਕਾ ਦੇ ਵਿੱਚ ਉਹਨੂੰ ਮਿਸ ਕਰਦੇ ਹਾਂ। ਜੇ ਮੈਂ ਗੱਲ ਕਰਾਂ ਪੁਲਿਸ ਦੀ, ਅਤੇ ਪੁਲਿਸ ਤੋਂ ਵੀ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਅਸੀਂ ਰਾਮ ਹੋ ਗਏ 2 ਸਾਲ ਤੋਂ 14 ਸਾਲ ਦੀ ਉਮਰ ਦੇ ਜਿਹੜੇ ਛੋਟੇ ਬੱਚੇ ਆ, 15.6% ਗਿਣਤੀ ਹੈ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਕਿ ਡਿਪਰੈਸ਼ਨ ਦਾ ਸ਼ਿਕਾਰ। ਅਗੇਨ ਉਹਦੇ ਪਿੱਛੇ ਕਾਰਨ ਜਿਹੜਾ ਉਹ ਤੁਹਾਨੂੰ ਪਤਾ, ਬ੍ਰੋਕਨ ਫੈਮਿਲੀ ਤੋਂ ਲੈ ਕੇ ਹੋਰ ਬਹੁਤ ਕੁਝ ਅਜਿਹਾ ਜਿਹੜਾ ਸਾਡੀ ਆਰਥਿਕਤਾ ਨਾਲ ਜੁੜਿਆ ਹੋਇਆ। ਅਤੇ ਫਿਰ ਵੀ ਫੋਰ ਯੂ ਐਂਟਰਟੇਨਮੈਂਟ ਤੋਂ ਬਾਅਦ ਮਾਲਵਿੰਦਰ ਬੈਂਸ ਜੋ ਕਿ ਨਿਊਰੋ ਸਰਜਨ ਨੇ, ਉਹਨਾਂ ਵੱਲੋਂ ਇਸ ਮਾਮਲੇ ਉੱਤੇ ਰੋਸ਼ਨੀ ਪਾਈ ਗਈ। ਯਾਦ ਕਰਾਉਣਾ ਚਾਹਾਂਗੇ ਕਿ ਮੈਂਟਲ ਹੈਲਥ ਦੇ ਸੰਬੰਧ ਵਿੱਚ ਬੀਤੇ 21 ਸਾਲ ਤੋਂ ਆਪਣੀ ਸੇਵਾ ਨਿਭਾ ਰਹੀ ਜੇ ਕੌਰ ਹੋਣਾ ਨੇ ਵੀ ਇਸ ਦੇ ਵਿੱਚ ਆਪਣੇ ਵਿਚਾਰ ਰੱਖੇ, ਜਦੋਂ ਕਿ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਵੱਖ ਵੱਖ ਕਲੇਮਸ ਦੇ ਸੰਬੰਧੀ ਮਾਨਸਿਕ ਸਿਹਤ ਨੂੰ ਆਧਾਰ ਬਣਾ ਕੇ ਨਵਰੂਪ ਰੰਧਾਵਾ ਨੇ ਆਪਣੀ ਗੱਲਬਾਤ ਰੱਖੀ। ਇਸ ਮੌਕੇ ਤਵੀਤੀ ਗਰੁੱਪ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ ਅਤੇ ਭੰਗੜੇ ਦੇ ਰੰਗ ਵੀ ਦੇਖਣ ਨੂੰ ਮਿਲੇ, ਅਤੇ ਇਸ ਤੋਂ ਇਲਾਵਾ ਆਕਸ਼ਨ ਦੇ ਰਾਹੀਂ ਫੰਡ ਰੇਜ਼ ਕੀਤੀ ਗਈ, ਜਿਸ ਦੇ ਨਾਲ ਕਿ ਇਸ ਮੁੱਦੇ ਉੱਤੇ ਹੋਰ ਵੀ ਜਾਗਰੂਕਤਾ ਫੈਲਾਈ ਜਾ ਸਕੇ। ਯਾਦ ਰਹੇ ਇਸ ਦੇ ਵਿੱਚ ਬਹੁਤ ਸਾਰੇ ਕਾਰੋਬਾਰੀ ਮਿੱਤਰਾਂ ਨਾਲ ਆਪਣਾ ਸਹਿਯੋਗ ਦਿੱਤਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਅੱਗੇ ਵੱਧਦੀ ਰਹੇ। ਇਸ ਸਮਾਗਮ ਦੇ ਵਾਸਤੇ ਸਾਰੇ ਹੀ ਪ੍ਰਬੰਧਕ ਅਤੇ ਕਾਰੋਬਾਰੀ ਮਿੱਤਰ ਵਧਾਈ ਦੇ ਪਾਤਰ ਨੇ। Subscribe now and press the bell icon. Never miss an update.